ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹਾ ਹੀ ਇੱਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 33 ਸਾਲਾ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਹੈ ਅਤੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਅਜੇ ਕੁਛ ਦਿਨ ਪਹਿਲਾਂ ਹੀ ਵਰਿੰਦਰ ਸਿੰਘ ਕੈਨੇਡਾ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਗਿਆ ਸੀ ਅਤੇ ਉਹ ਹਾਲੇ ਘਰ ਦੇ ਵਿੱਚ ਖੁਸ਼ੀਆਂ ਹੀ ਮਨਾ ਰਹੇ ਸੀ ਕਿ ਉਹਨਾਂ ਦੇ ਪੁੱਤਰ ਦੀ ਮੌਤ ਦੀ ਮੰਦਭਾਗੀ ਖਬਰ ਆ ਗਈ, ਜਿਸ ਕਾਰਨ ਕਪੂਰਥਲਾ ਦੇ ਪਿੰਡ ਮੰਡੇਰ ਬੇੜ ਦੇ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ। ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਨੇ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਹਾਂਜੀ ਸਰ, ਜਿਹੜੀ ਵਿਦੇਸ਼ ਵਿੱਚ ਬੱਚੇ ਦੀ ਮੌਤ ਹੋਈ, ਤੁਹਾਡੇ ਕੀ ਲੱਗਦੇ ਸੀਗੇ? ਮੇਰਾ ਬੇਟਾ ਜੀ ਕਦੋਂ ਗਿਆ ਸੀ ਕਿ ਵਿਦੇਸ਼? ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲੈਟ ਸੀ, 13 ਜੁਲਾਈ ਨੂੰ, ਔਰ 14 ਤਰੀਕ ਨੂੰ ਉੱਥੇ ਪਹੁੰਚੇ ਸਵੇਰੇ। 2-3 ਦਿਨ ਦੇ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਉਹਨੂੰ ਅਟੈਕ ਆ ਗਿਆ। ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ? ਮਹੀਨੇ ਨਹੀਂ ਜੀ, ਇਸੇ ਜੁਲਾਈ 13 ਨੂੰ ਗਏ ਜੀ। ਕੁਝ ਦਿਨ ਹੀ ਹੋਏ ਜੀ। 13 ਤਰੀਕ ਨੂੰ ਫਲੈਟ ਸੀਗੀ, 17 ਤਰੀਕ ਨੂੰ ਹਾਦਸਾ ਹੋ ਗਿਆ ਜੀ। ਕਿਵੇਂ ਘਟਨਾ ਵਾਪਰੀ ਹੈ? ਘਟਨਾ ਦਾ ਇਹ ਕਿ ਹੁਣ ਇੱਥੇ ਬੈਠੇ ਹਾਂ ਦੇਸ਼ ਦੇ ਵਿੱਚ, ਜਿਸ ਤਰ੍ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹ ਹੈ ਕਿ ਜਿਹੜੇ ਮੁੰਡੇ ਕੋਲ, ਦੋਸਤ ਕੋਲ ਗਿਆ ਸੀ, ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ। ਉਹ ਮੁੰਡਾ ਕੰਮ ਕਰਦੇ ਚਲ ਗਿਆ, ਇਹ ਘਰ ਸੀਗਾ। ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ, ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕਿ ਇਹਦਾ ਨਾਮ ਵਰਿੰਦਰ ਸਿੰਘ ਹੈ, ਵਰਿੰਦਰ ਚਾਹ ਬਣਾਓ। ਇਹਨੇ ਕੋਈ ਆਵਾਜ਼ ਨਹੀਂ ਦਿੱਤੀ। ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ, ਜਦੋਂ ਕੋਈ ਆਵਾਜ਼ ਨਹੀਂ ਆਈ ਤਾਂ ਉਹਨੇ ਫਿਰ ਐਂਬੂਲੈਂਸ ਬੁਲਾਈ। ਐਂਬੂਲੈਂਸ ਆਈ, ਉਹਨਾਂ ਨੇ ਚੈੱਕਅਪ ਕੀਤਾ ਡਾਕਟਰ ਨਾਲ ਜੀ ਵੀ ਉਹਨਾਂ ਦੀ। ਚੈੱਕ ਕਰਨ ਤੋਂ ਬਾਅਦ 'ਚ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ। ਪਰਿਵਾਰ ਨੂੰ ਫਿਰ ਕਿੱਦਾਂ ਪਤਾ ਲੱਗਦਾ? ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਿਹਾ ਸੀਗਾ, ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਹੀ ਇਹ ਘਟਨਾ ਹੁੰਦੀ, ਉਹਨੇ ਮੈਨੂੰ ਫੋਨ ਕੀਤਾ ਕਿ ਆਹ ਹਾਦਸਾ ਹੋ ਗਿਆ ਇੱਥੇ। ਅਤੇ ਤੁਹਾਡਾ ਕੋਈ ਰਿਸ਼ਤੇਦਾਰ ਅੰਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ? ਉੱਥੇ ਮੇਰਾ ਕੋਈ ਰਿਸ਼ਤੇਦਾਰ ਲੱਗੇ ਹੈ ਨਹੀਂ ਗਾ, ਅਤੇ ਮੇਰੇ ਬੇਟੇ ਦਾ ਥੋੜ੍ਹਾ ਦੋਸਤ ਸੀਗਾ ਪਹਿਲਾਂ, ਅਤੇ ਇਹਦੀ ਜਾਣ ਪਛਾਣ ਸੀਗੀ ਜਲੰਧਰ ਜ਼ਿਲ੍ਹੇ ਦਾ ਬੰਦਾ। ਕਿੰਨੇ ਬੱਚੇ ਤੁਹਾਡੇ? ਮੇਰੇ 2 ਹੀ ਬੱਚੇ, ਇੱਕ ਬੇਟੀ ਇੱਕ ਬੇਟਾ, ਮੇਰਾ ਵੱਡਾ ਬੇਟਾ ਹੈ। ਕਿੰਨੀ ਕੁ ਉਮਰ ਸੀ? ਲਗਭਗ 33 ਈਅਰਸ। ਆਖਰੀ ਕਦੋਂ ਗੱਲਬਾਤ ਹੋਈ ਤੁਹਾਡੇ ਨਾਲ? ਉਸੇ ਦਿਨ ਰਾਤ ਨੂੰ, ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸਵੇਰੇ ਫੋਨ ਆਇਆ, 16 ਤਰੀਕ ਨੂੰ ਰਾਤ ਨੂੰ ਘੰਟਾ ਅੱਧਾ ਘੰਟਾ ਸਾਡੇ ਨਾਲ ਗੱਲਾਂ ਕਰਦਾ ਰਿਹਾ। ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉੱਥੇ ਗੁਰੂ ਦਾ ਗੁਰਦੁਆਰਾ ਸਾਹਿਬ, ਉੱਥੇ ਸੇਵਾ ਕਰਦੇ ਹੋ, ਸਾਰਾ ਉਹਨੇ ਜੋ ਵੀ ਹੈਗਾ ਸਾਡੇ ਨਾਲ ਸ਼ੇਅਰ ਕਰਦਾ ਰਿਹਾ ਕਿ ਬਹੁਤ ਵਧੀਆ ਮਾਹੌਲ ਹੈ ਇੱਥੇ, ਤੁਸੀਂ ਫਿਕਰ ਨਾ ਕਰੋ। ਜਦੋਂ ਰਾਤ ਪੈ ਗਈ, ਦਿਨ ਚੜਿਆ ਗਿਆ, ਖਤਮ ਮਿਲ ਗਈ ਸਾਨੂੰ। ਭਵਿੱਖ ਨੂੰ ਲਿਆ ਕੇ ਕੀ ਸੋਚਦੇ ਸੀ? ਹਾਂਜੀ, ਭਵਿੱਖ ਨੂੰ ਲੈ ਕੇ ਕੀ ਹੈਗੀਆਂ ਉਹਦੀਆਂ ਯੋਜਨਾਵਾਂ? ਭਵਿੱਖ ਨੂੰ ਅਸੀਂ ਹੁਣ ਇਹ ਚਾਹੁੰਦੇ ਹਾਂ ਕਿ ਮਦਦ ਕਰੇ, ਕਿਉਂਕਿ ਇੱਕ ਤਾਂ ਜਾਣ ਵੇਲੇ ਬੱਚੇ ਨੂੰ ਜਦੋਂ ਆਪਾਂ ਭੇਜਦੇ ਹਾਂ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ, ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਕਿ ਗੌਰਮੈਂਟਾਂ ਨੂੰ ਕੋਈ ਚਾਹੀਦਾ ਕਿ ਕੁਛ ਨਾ ਕੁਛ ਹੈਲਪ ਕਰਨ ਕਿਸੇ ਚੀਜ਼ ਦੇ ਬਦਲੇ।
ਜਿੰਨੇ ਪੈਸੇ ਜਾਣ ਲੱਗਿਆ ਲੱਗਣ ਡੇ ਉਨੇ ਪੈਸੇ। ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮ੍ਰਿਤਕ ਸਰੀਰ ਆ ਇੱਥੇ ਭਾਰਤ ਲਿਆ ਰਹੇ ਹੋ? ਸਾਡੀ ਇਹੋ ਚੋਇਸ ਹੈ ਜੀ, ਸਾਡਾ ਇੱਥੇ ਸਰੀਰ ਉਹ ਤਾਂ ਭਾਰਤ ਆਵੇ, ਇੱਥੇ ਹੀ ਹੁਣ ਆਪਣੇ ਹੱਥਾਂ ਨਾਲ ਸੰਸਕਾਰ ਕਰੀਏ। ਸਰਕਾਰ ਤੋਂ ਕੀ ਮੰਗ ਕਰਦੇ ਹਾਂ? ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਕਿ ਹੈਲਪ ਕਰਨੀ ਇਸ ਚੀਜ਼ ਦੇ ਵਿੱਚ, ਜੋ ਵੀ ਕਾਨੂੰਨੀ ਸਹਾਇਤਾ ਨੇ ਉਹ ਸਾਡੇ ਨਾਲ। ਮਾਤਾ ਜੀ, ਕੁਝ ਦਿਨ ਪਹਿਲਾਂ ਤੁਹਾਡਾ ਬੱਚਾ ਜਿਹੜਾ ਵਿਦੇਸ਼ ਗਿਆ ਸੀਗਾ, ਮਗਰੋਂ ਇਹ ਮਨਹੂਸ ਖਬਰਦਾਰ ਤੱਕ ਪਹੁੰਚ ਜਾਂਦੀ ਹੈ, ਕਿਵੇਂ ਵੇਖਦੇ ਹੋ? ਸਾਹਿਬ ਮਰ ਗਿਆ ਵੀਰਾ, ਅਸੀਂ ਜਿਉਂਦੇ ਹੀ ਮਰ ਗਏ ਹਾਂ, ਸਾਡਾ ਤੋੜ ਗਿਆ ਲੱਕ, ਅਸੀਂ ਜਿਉਂਦੇ ਮਰ ਗਏ ਵੇ ਵੀਰਾ। ਕਦੋਂ ਚੜ੍ਹਾ ਕੇ ਆਏ ਸੀ? ਜ਼ਿਆਦਾ ਕੁਛ 12 ਤਰੀਕ ਨੂੰ ਮੈਂ ਜਲੰਧਰੋਂ ਚੜ੍ਹਾ ਕੇ ਆਏ ਹਾਂ, ਅਸੀਂ ਸਾਰਾ ਟੱਬਰ ਗਏ ਹਾਂ, ਬਸ ਤੇ ਚੜ੍ਹਾ ਗਿਆ 12 ਤਰੀਕ ਨੂੰ, 13 ਨੂੰ ਦਿੱਲੀ ਪਹੁੰਚਿਆ, 14 ਨੂੰ ਕੈਨੇਡਾ ਪਹੁੰਚ ਗਿਆ। ਕੈਨੇਡਾ ਪਹੁੰਚ ਕੇ ਫਿਰ ਗੱਲਬਾਤ ਹੋਈ ਤੁਹਾਡੀ? ਗੱਲਬਾਤ ਹੋਈ, ਉੱਥੇ ਭਰਪੂਰ ਵੀ ਮੀਡੀਆ ਪਾਈਆਂ ਨੇ, ਜਲੇਬੀਆਂ ਫੜਾਉਂਦੇ ਨੇ, ਮੀਡੀਆ ਪਾਈਆਂ, ਇੱਕ ਜਲ ਪੁੱਤਰ ਮੇਰਾ ਸੇਵਾ ਜਾਂਦਾ ਤੈਨੂੰ ਮਿਲੇ, ਪਰ ਇਹਨਾਂ ਨੇ ਵਧਾਉਣਾ ਸਾਨੂੰ ਤਾਂ ਪਿੱਛੇ ਹੀ ਬੰਬ ਮਾਰ ਦੇਣਾ। ਤੁਹਾਨੂੰ ਕਿਵੇਂ ਜਾਣਕਾਰੀ ਮਿਲੀ? ਪਾਪਾ ਨੂੰ ਫੋਨ ਆਇਆ ਏ, ਪਰਿਵਾਰ 'ਚ ਕੌਣ ਕੌਣ ਹੈ? ਮੇਰੀ ਬੇਟੀ, ਮੈਨੂੰ, ਮੇਰੀਆਂ ਪੁੱਤਰੀਆਂ ਨੇ, ਮੇਰਾ ਤਾਂ ਰਹਿ ਗਿਆ ਧੀਆਂ ਡਾਲਾ, ਹਾਏ ਮੇਰਾ ਤਾਂ ਇੱਕੋ ਹੀ ਪੁੱਤਰ ਹੀ ਮੇਰੀ, ਉਹਦੇ ਨਾਲ ਦੁਨੀਆ ਵੱਸਦੀ। ਸਟੱਡੀ ਬੇਸ 'ਤੇ ਗਏ ਸੀਗੇ? ਨਹੀਂ, ਹਾਏ ਕੁਰੇਨਾ ਨੇ ਲਵਾਇਆ ਸੀ, ਪਤਾ ਨਹੀਂ ਕਿਹੜਾ ਲਵਾਇਆ ਸੀ, ਹਾਏ। ਕਦੋਂ ਤੁਹਾਡੀ ਆਖਰੀ ਗੱਲਬਾਤ ਹੋਈ? ਆਖਰੀ ਗੱਲਬਾਤ ਮੇਰੀ ਇਹਨੇ ਸਿਮ ਜਿੱਦਾਂ ਲਈ ਨਵੀਂ ਜਾ ਕੇ, ਉੱਦਣ ਮੇਰੇ ਨਾਲ ਗੱਲਬਾਤ ਕੀਤੀ 16 ਤਰੀਕ ਦੀ ਰਾਤ ਨੂੰ, ਉਦੋਂ ਹੀ ਸਿਮ ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਹੈ, ਥੋੜ੍ਹੀ ਥੋੜ੍ਹੀ ਕੀਤੀ ਜਾਂਦਾ। ਮੰਮੀ ਇੱਧਰ ਜਿਹੜੀ ਦੂਜੀ ਸਿਮ ਦੇ ਵਾਈਫਾਈ ਲੈਣਾ ਪੈਂਦਾ ਹੈ, ਮੈਂ ਸਿਮ ਹੀ ਇੱਧਰ ਨੂੰ ਲੈ ਲੈਂਦਾ ਵਾ, ਲੈ ਲੈਣਾ ਖੜੀ ਮੁੜੀ ਮੈਂ ਗੱਲਾਂ ਕਰਨੀਆਂ ਪੈਂਦੀਆਂ ਨੇ, ਹਾਲ ਚਾਲ ਪੁੱਛਣਾ ਪੈਂਦਾ ਹੈ। ਵੱਡਾ ਮੇਰਾ ਪੁੱਤਰ ਹੀ, ਉਹ ਤੋਂ ਛੋਟੀ ਮੇਰੀ ਧੀ ਹੈ, ਮੇਰੀ ਤੇ ਭੋਲੀ ਨੂੰ ਵੱਟੇ ਲੱਗੇ ਨੇ, ਇਕਲੌਤਾ ਪੁੱਤਰ ਸੀ, ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ, ਕੱਲੀ ਤੇ ਵੀਰਾ ਉਮੀਦਾਂ ਨਾਲ ਹੀ ਦੇ ਨੇ, ਉਮੀਦਾਂ ਨਾਲ ਹੀ ਵੀਰਾ ਕੱਲੀ ਦੇ ਨੇ, ਉਮੀਦਾਂ ਨਾਲ ਹੀ ਕੱਲੀ ਦੇ ਨੇ, ਉਮੀਦਾਂ ਨਾਲ ਹੀ ਕੱਲੀ ਦੇ ਨੇ, ਇਸੇ ਕਰਕੇ ਵੀ ਹੁਣ ਆਪੋ ਆਪਣੇ ਖਰਚੇ ਚੁੱਕਣਗੇ, ਇਹਨਾਂ ਨੀ ਪਤਾ ਮੇਰੇ ਸਿਰ ਹੋਰ ਮੈਨੂੰ ਸਿਰ ਮੇਰੇ ਢਾਣ ਨੇ, ਮੇਰੇ ਸਿਰ ਭਾਰੀਆਂ ਪੰਡਾ ਪਾ ਗਏ। ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਆ, ਕਿੰਨੀ ਕੁ ਉਹਨਾਂ ਦੀ ਉਮਰ ਸੀਗੀ? 33 ਸਾਲ ਦਾ ਸੀ। ਹੈਂਜੀ, 33 ਸਾਲ। ਤੁਹਾਡੇ ਕੀ ਲੱਗਦੇ ਸੀਗੇ? ਤੀਜਾ ਮੇਰਾ ਕੁਝ ਦਿਨ ਹੀ ਪਹਿਲੋਂ ਬਾਹਰ ਗਿਆ ਸੀਗੇ। ਹਾਂਜੀ,
ਪਰਿਵਾਰ 'ਚ ਉਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ। ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ 'ਤੇ। ਬਿਲਕੁਲ ਜੀ, ਬਿਲਕੁਲ। ਸੋਚਦੇ ਚਲੋ ਬੱਚਾ ਕਮਾਈ ਕਰੂਗਾ, ਬਾਹਰ ਜਾਊਗਾ, ਇੱਥੇ ਚਲੋ ਨਹੀਂ ਕੁਛ। ਸੁਭਾਅ ਕਿੱਦਾਂ ਦਾ ਸੀਗਾ? ਹਾਂਜੀ, ਬੱਚੇ ਦਾ ਸੁਭਾਅ ਕਿੱਦਾਂ ਦਾ ਸੀਗਾ? ਬਹੁਤ ਨਿੱਘਾ ਸੀਗਾ, ਬਹੁਤ ਪ੍ਰੇਮੀ ਸੀ ਬੰਦਾ। ਕਿਸੇ ਨੇ ਵੀ ਗੱਲ ਕਰਨੀ ਬੜੇ ਪ੍ਰੇਮ ਨਾਲ, ਪਿਆਰ ਨਾਲ। ਹਾਂਜੀ ਜੀ, ਜ਼ਰੂਰੀ। ਬੱਚਿਆਂ ਨੂੰ ਧੀਆ ਪੁੱਤਾ ਕਹਿ ਕੇ ਬੁਲਾਉਂਦਾ ਸੀ। ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ? ਖੇਤੀਬਾੜੀ ਆਪਣੇ ਇੱਥੇ ਘਰੇ ਉਹ ਰੱਖਿਆ ਸੀ, ਤਾਂ ਪਰਿਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਭੇਜਣਾ, ਬੜੇ ਚਾਈ ਚਾਈ ਤੋਰਿਆ ਹੋਊਗਾ। ਹਾਂਜੀ ਹਾਂਜੀ ਹਾਂਜੀ। ਪਰਿਵਾਰ ਦੇ ਜਿਹੜੇ ਆਰਥਿਕ ਹਾਲਾਤ ਕਿੱਦਾਂ ਦੇ ਆ? ਠੀਕ ਹੈ, ਸਰਵਿਸ ਕੀਤੀ ਭਾਅ ਜੀ ਨੇ, ਬਾਕੀ ਗੁਜ਼ਾਰਾ ਮਾੜਾ ਮਾੜਾ ਚੱਲਦਾ ਸੀਗਾ। ਬੱਚਾ ਜਿੱਦ ਕਰਦਾ ਸੀ ਕਹਿੰਦੇ ਬਾਹਰ ਜਾਣਾ, ਚਲੋ ਕਿਸ ਤਰ੍ਹਾਂ ਕੱਟ ਲਾ ਕੇ ਅਤੇ ਅਸੀਂ ਭੇਜਤਾ। ਅਤੇ ਚਲੋ ਸੋਚਿਆ ਸੀ ਵੀ ਬੱਚਾ ਕਮਾਈ ਕਰੂਗਾ ਵਿਦੇਸ਼ ਜਾ ਕੇ, ਅਤੇ ਚਲੋ ਕਾ ਸੌਖਾ ਵੀ ਬਾਤ। ਦੋ ਬੇਟੀਆਂ ਭਤੀਜੇ ਦੀਆਂ, ਨਿੱਕੇ ਨਿੱਕੇ ਬੱਚੇ ਸੌਂ ਬੈਠੇ ਸਾਡੇ ਕੋਲ। ਔਖਾ ਨਾ, ਮਹਿੰਗਾਈ ਬਹੁਤ ਜ਼ਿਆਦਾ ਆ, ਇੰਨੇ ਪੈਸੇ ਲਾ ਕੇ ਭੇਜਿਆ, ਹੁਣ ਤੁਹਾਨੂੰ ਪਤਾ ਬੜਾ ਔਖਾ ਆ। ਜਦ ਤੋਂ ਕੁਛ ਟਾਈਮ ਲੱਗਾ ਹੁੰਦਾ, ਕਮਾਈ ਕੀਤੀ ਹੁੰਦੀ ਤਾਂ ਹੁੰਦਾ ਬੱਚੇ ਨੂੰ ਵੀ ਚਲੋ ਵੀ ਕੋਈ ਨਹੀਂ। ਔਖਾ ਨਾ, ਬੱਚਾ ਤਾਂ ਇੱਕ ਵਾਰ ਭੇਜਣਾ ਬੜਾ ਔਖਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਜਿਹੜਾ ਮ੍ਰਿਤਕ ਸਰੀਰ ਆ ਉਹ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ। ਪਿੰਡ ਵੱਲੋਂ ਤੁਸੀਂ ਕੀ ਮੰਗ ਕਰਦੇ ਹੋ? ਇਹੀ ਮੰਗ ਕਰਦੇ ਹਾਂ, ਸਾਡੀ ਮਦਦ ਕੀਤੀ। ਸੋ ਇਸੇ ਤਰ੍ਹਾਂ ਦੀਆਂ ਹੋਰ ਲੇਟੈਸਟ ਵੀਡੀਓਜ਼ ਵੇਖਣ ਦੇ ਲਈ ਵੇਖਦੇ ਰਹੋ ਜਸ ਪੰਜਾਬੀ ਦਾ ਸੋਸ਼ਲ ਮੀਡੀਆ ਪਲੇਟਫਾਰਮ। ਅਤੇ ਮੈਨੂੰ ਮਨਿੰਦਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।